ਤੇ ਜਿਹੜੇ ਕਹਿੰਦੇ ਆ ਜਪ ਸਿੰਘ ਵਾਲੀ ਟੀਮ ਜਿੱਤੇ ਇੱਕ ਵਾਰੀ ਉਹ ਲਕਾਰਾ ਮਾਰ ਕੇ ਦੱਸ ਦਿਓ ਬਾਈ ਗਿੰਦੀ ਦੇ ਜੱਫੇ ਤੇ 500 ਰੁਪਿਆ ਬੋਲਿਆ ਸੀ ਜਿਹੜੇ ਵੀਰ ਨੇ ਕਿਰਪਾ ਕਰਕੇ ਉਹ ਕੁਝ ਤਾਂ ਗੱਲ ਨਹੀਂ ਬਣੀ ਜੇ ਇੱਧਰ ਹੁੰਦੇ ਨਾ ਮੋਗੇ ਵਾਲੀ ਸਾਈਡ ਉਹਨਾਂ ਨੇ ਮਾਰ ਮਾਰ ਕੇ ਲਲਕਾਰੇ ਜਲੰਧਰ ਹਲਾ ਦੇਣਾ ਸੀ ਉਹ ਮਾਣੇ ਵਾਲੀਓ ਸੈੱਟ ਲੈ ਵੀ ਸੇਵਤਾ ਕਮਲ ਇੱਕ ਵਾਰੀ ਇੱਧਰ ਕੈਮਰਾ ਘੁਮਾ ਜਰਾ ਮੇਰਾ ਖਿਆਲ ਹੈ ਮੈਂ ਕਾਫੀ ਸਮੇਂ ਤੋਂ ਦੇਖ ਰਿਹਾ ਬਹੁਤ ਬਹੁਤ ਧੰਨਵਾਦ ਸਾਡਾ ਵੀਰ ਅਮਰਜੀਤ ਯੂਐਸਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਵਧਾਈ ਦਿੰਦਾ ਇਸ ਕਮੇਟੀ ਨੂੰ ਕਿ ਬਾਕੇ ਸਿਰਾ ਹੋ ਗਿਆ ਬਾਈ ਪਰਮਾਤਮਾ ਇਸ ਤਰ੍ਹਾਂ ਹੀ ਰੌਣਕਾਂ ਲਾਉਂਦਾ ਰਹੇ ਸਾਡਾ ਵੀਰ ਅਮਰਜੀਤ ਯੂਐਸਏ ਤੇ ਉੱਧਰ ਇਕਬਾਲ ਕੈਸ਼ੀਅਰ ਸਾਡੇ ਖਜ਼ਾਨਾ ਮੰਤਰੀ ਉਹ ਵੀ ਪੂਰੇ ਖੁਸ਼ ਹੈ ਲੈ ਵੀ ਬਾਈ ਆਪਾਂ ਵੀ ਬਾਹਰ ਹੋ ਕੇ ਕਮੈਂਟਰੀ ਕਰਾਂਗੇ ਤੇ ਜਸਪਾਲ ਬਾਈ ਤੂੰ ਵੀ ਇੱਧਰ ਸਾਈਡ ਤੇ ਆ ਜਾ ਆਪਾਂ ਬਾਹਰ ਹੋ ਕੇ ਪਾਣੀ ਪਿਆਵਾਂਗੇ ਕਿਉਂਕਿ ਦਰਸ਼ਕਾਂ ਨੇ ਆਨੰਦ ਲੈਣਾ ਇਹਨਾਂ ਮੈਚਾਂ ਦਾ ਸਵੇਰ ਤੋਂ ਜਿੱਥੇ ਬੈਠੇ ਆ ਉੱਥੇ ਹੀ ਬੈਠੇ ਆ ਵਾਕਈ ਬੱਲੇ ਬੱਲੇ ਹੋ ਗਈ ਤੇ ਕਾਰਗਲ ਚੜਿੱਕ ਵਾਲਿਆ ਪੈਂਦੀ ਹੋਈ ਕਬੱਡੀ ਤੇ ਲੱਗਦੇ ਹੋਏ ਜੱਫੇ ਦੀ ਕਿ ਹੋਰ ਲੱਗਾ ਮੈਚ ਜੀ ਨੂੰ ਸਾਨਾ ਵਾਲਾ ਭੇੜ ਕਹਿੰਦੇ ਜਾਫੀ ਅਤੇ ਧਾਵੀ ਵਾਲਾ ਜਿਹਨੂੰ ਏੜ ਗੈੜ ਕਹਿੰਦੇ ਮਾਣਾ ਸਿੰਘ ਵਾਲਾ ਪਿੰਡ ਹੈ ਜ਼ਿਲ੍ਹੇ ਫਿਰੋਜ਼ਪੁਰ ਨੂੰ ਬਿਲੋਂਗ ਕਰਦਾ ਪਿੰਡ ਹੈ ਔਰ ਪਹਿਲਾ ਕਬੱਡੀ ਓਪਨ ਦੇ ਕਹਿੰਦੇ ਚੋਟੀ ਦੇ ਮੁਕਾਬਲੇ ਨਾਲ ਖੇਡ ਮੈਦਾਨਾਂ ਦੇ ਵਿੱਚ ਹੋਏ ਹੈ ਚੀਮਾ ਯੋਧਪੁਰ ਵਰਸੇ ਪੱਤੋ ਹੀਰਾ ਸਿੰਘ ਇਹ ਵੀ ਟੀਮਾਂ ਜਿਹੜੀਆਂ ਉਹ ਫਾਈਨਲ ਵਿੱਚ ਪੁੱਜੀਆਂ ਕਬੱਡੀ ਦੀ ਕਰੀਮ ਜਿਹੜੀ ਪੁੱਜੀ ਆ ਲੋ ਪਹਿਲੀ ਕਬੱਡੀ ਕਹਿੰਦੇ ਉਸ ਨੌਜਵਾਨ ਦਾ ਜਿਹੜਾ ਪਿੰਡ ਹੈ ਜਦੋਂ ਮੋਗੇ ਤੋਂ ਜਲੰਧਰ ਨੂੰ ਜਾਂਦੇ ਆ ਤਾਂ ਕਹਿੰਦੇ ਜਲਾਲਾਬਾਦ ਪਿੰਡ ਹੈ ਸਿਕਬਰੂ ਦਾ ਇਹ ਨੀਟਾ ਜਲਾਲਾਬਾਦ ਵਾਲਾ ਔਰ ਦੂਸਰੇ ਪਾਸੇ ਅਮਨਾ ਲੋਹਾਰੇ ਵਾਲਾ ਕਰਦਾ ਹੋਇਆ ਟਰਾਈ ਤੇ ਪਹਿਲਾ ਜਫਾ ਨੌਜਵਾਨ ਅਮਨਾ ਲੋਹਾਰੇ ਵਾਲਾ ਆਪਣੀ ਟੀਮ ਦੇ ਸੇ ਜੋੜਦਾ ਹੋਇਆ ਚੱਲ ਵੀ ਗੱਭਰੂ ਆ ਪਾਵੀ ਆ ਕਹਿੰਦੇ ਨੌਜਵਾਨ ਜਿੰਦਾ ਨਾਮ ਹੈ ਔਰ ਜਿਹੜੇ ਮੋਗੇ ਦੇ ਵਿੱਚ ਚਿੜਕ ਪਿੰਡ ਹੈ ਇਹ ਆ ਨੌਜਵਾਨ ਗਿੰਦਾ ਚਿੜਕ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਲਈ ਵਧਿਆ ਹੋਇਆ ਕਰੀ ਵੀ ਨੌਜਵਾਨ ਗੱਲ ਇਸ ਗੱਭਰੂ ਦੀ ਪਾਈ ਹੋਈ ਕਬੱਡੀ ਤੇ ਲਓ ਸਾਹਮਣੇ ਕਹਿੰਦੇ ਗਿੰਦੇ ਦੀ ਪਾਈ ਹੋਈ ਕਬੱਡੀ ਔਰ ਦੂਸਰੇ ਪਾਸੇ ਸੁੱਖਾ ਜਗ ਸਿੰਘ ਵਾਲੇ ਦਾ ਆ ਨੌਜਵਾਨ ਦਾ ਮੇਰੇ ਵੀਰੋ ਕੰਮੇ ਵਾਲਾ ਪਿੰਡ ਹੈ ਪੂਰਾ ਨਾਂ ਦਿਲਪ੍ਰੀਤ ਆ ਪਰ ਬੱਚੀ ਆਖ ਦਿੰਦੇ ਆ ਖੇਡਦੇ ਮੈਦਾਨ ਦੇ ਵਿੱਚ ਕਿ ਮੁੰਡਿਆ ਵੇ ਮੁੰਡਿਆ ਫਰੀਦਕੋਟੀਆਂ ਤੇਰੇ ਬੁੱਲਾਂ ਤੇ ਸ਼ਰਾਰਤ ਜੱਚਦੀ ਆ ਤੇਰੇ ਲੈਣਾ ਚ ਸ਼ਰਾਰਤ ਹੱਸਦੀ ਹੈ ਤੇ ਦੂਸਰੇ ਪਾਸੇ ਲੋਹਾਰੇ ਵਾਲਾ ਕਿ ਬਾਬੇ ਦਾਮੂ ਸ਼ਾਹ ਵਾਲਾ ਪਿੰਡ ਚੋਂ ਲੋਹਾਰਾ ਨੀ ਇੰਦਗੜ ਝਿੜੀ ਵਿੱਚ ਪੀਰਾਂ ਦਾ ਦੁਬਾਰਾ ਨੀ ਸਾਨੂੰ ਸੱਚੀ ਸਰਕਾਰ ਦੇ ਸਹਾਰੇ ਨੀ ਕਿ ਨਕਸ਼ੇ ਪੰਜਾਬ ਦੇ ਨੂੰ ਸਿੱਧਾ ਕਰ ਦੇਖੀ ਮੋਗਾ ਜ਼ਿਲ੍ਹਾ ਬਿੱਲੋਂ ਆਉਂਦਾ ਏ ਵਿਚਾਲੇ ਨੀ ਇਹ ਹੈ ਕਹਿੰਦੇ ਬੱਲੂ ਲੋਹਾਰੇ ਵਾਲਾ ਜਿਸ ਨੌਜਵਾਨ ਨੇ ਲਾ ਤਕੜਾ ਜੱਫਾ ਆਪਣੀ ਟੀਮ ਦੇ ਹਿੱਸੇ ਲੱਖਾਂ ਜਾਂ ਪੁਆਇੰਟ ਜੋੜਿਆ ਹੈ ਜਿੱਥੋਂ ਤੱਕ ਕਹਿੰਦੇ ਮਹਿੰਦੇ ਨੇ ਤਕੜੀ ਕਬੱਡੀ ਖੇਡੀ ਹੈ ਔਰ ਜਿੱਥੋਂ ਤੱਕ ਚਰਨਾ ਕਹਿੰਦੇ ਕਬੱਡੀ ਦਾ ਸਟਾਰ ਹੈ ਉਸੇ ਪਿੰਡ ਦਾ ਨੌਜਵਾਨ ਇਸ ਵੇਲੇ ਰਾਜੀ ਨਾਮ ਹੈ ਧੱਲੇ ਕੇ ਪਿੰਡ ਹੈ ਬਿਲਕੁਲ ਕਹਿੰਦੇ ਮੋਗੇ ਸ਼ਹਿਰ ਦੇ ਬੁੱਪਲ ਦੇ ਵਿੱਚ ਵਸਿਆ ਪਿੰਡ ਇੱਕ ਪਾਸੇ ਰਾਜੀ ਦੀ ਪਾਈ ਹੋਈ ਕਬੱਡੀ ਔਰ ਦੂਸਰੇ ਪਾਸੇ ਕਹਿੰਦੇ ਸਾਫ ਵਾਲੀ ਦੀ ਧਰਤੀ ਦਾ ਹੈ ਨੌਜਵਾਨ ਬੈਸਟ ਜਾਫੀ ਸੁੱਖਾ ਜਗ ਸਿੰਘ ਵਾਲੇ ਦਾ ਕਰਦਾ ਹੋਇਆ ਟਰਾਈ ਨਾਲ ਹੀ ਮੇਰਾ ਵੀਰ ਗਿੰਦਰ ਲਵਲੀ ਤੇ ਬੇਅੰਤ ਉਹਨਾਂ ਦਾ ਵੀ ਧੰਨਵਾਦ ਹੈ ਲੈ ਵੀ ਬਾਈ ਕਿਹਨੂੰ 100 ਦੇਣਾ ਹਰਪ੍ਰੀਤ ਬੱਬੀ ਮੇਰਾ ਵੀਰ ਕਮੇਟੀ ਮੈਂਬਰ ਆ ਕਹਿੰਦਾ ਵੀ 100 ਰੁਪਇਆ ਦੇਣਾ ਹੈ ਉਧਰ ਗੁਰਪ੍ਰੀਤ ਦਾ ਰਾਜੀ ਨਾਲ ਜਿਹੜਾ ਭਰਾਵਾਂ ਵਾਲਾ ਪਿਆਰ ਹੈ ਆਪਾਂ ਇਹਨਾਂ ਵੀਰਾਂ ਦਾ ਵੀ ਸਨਮਾਨ ਕਰਨਾ ਲੈ ਵੀ ਮਨਜੀਤ ਬਾਈ ਤੇਰਾ ਵੀ ਧੰਨਵਾਦ ਹੈ ਜਿਹਨੇ ਪਹਿਲਾ ਇਨਾਮ ਕਬੱਡੀ 70 ਕਿਲੋ ਭਾਰ ਵਰਗ ਦਾ ਮੇਰੇ ਵੀਰੋ ਦੇਣਾ ਆਪਾਂ ਵੀਰ ਦਾ ਧੰਨਵਾਦ ਕਰਾਂਗੇ ਸਾਡਾ ਸਤਿਕਾਰ ਦੇ ਯੋਗ ਹੈ ਮਨਜੀਤ ਸੰਧੂ ਮੇਰੇ ਵੀਰੋ 15,000 ਦਾ ਪਹਿਲਾ ਇਨਾਮ ਕਬੱਡੀ 70 ਕਿਲੋ ਦਾ ਇਸ ਵੀਰ ਵੱਲੋਂ ਦਿੱਤਾ ਜਾਣਾ ਉਧਰੋਂ ਸਵਰਗਵਾਸੀ ਸਰਦਾਰ ਗੁਰਚਰਨ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ 10,000 ਰੁਪਏ ਦਾ ਦੂਸਰਾ ਇਨਾਮ ਮੇਰੇ ਵੀਰੋ ਦਿੱਤਾ ਜਾਣਾ ਲੋ ਖੇਡ ਦੇ ਮੈਦਾਨ ਦੇ ਵਿੱਚ ਬੱਚੀ ਕੰਮੇ ਵਾਲੀਆਂ ਕਬੱਡੀ ਪਾ ਰਿਹਾ ਹੈ ਤੇ ਗੱਲ ਕਰੇਗਾ ਦਵਿੰਦਰ ਚੜਿੱਕ ਵਾਲਾ ਲਓ ਸਾਹਮਣੇ ਕਹਿੰਦੇ ਬੱਚੀ ਦੀ ਪਾਈ ਹੋਈ ਕਬੱਡੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਔਰ ਦੂਸਰੇ ਪਾਸੇ ਗੱਭਰੂ ਕਹਿੰਦੇ ਅਮਨਾ ਲੋਹਾਰੇ ਵਾਲਾ ਕਰਦਾ ਹੋਇਆ ਟਰਾਈ ਤੇ ਪੁਆਇੰਟ ਬੱਚੀ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ ਚੱਲ ਵੀ ਨੌਜਵਾਨ ਰਾਜੀ ਪਾ ਵੀ ਗੱਭਰੂ ਅਗਲੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਲਓ ਸਾਹਮਣੇ ਕਹਿੰਦੇ ਰਾਜੀ ਇਸ ਵੇਲੇ ਲੋਹਾਰੀ ਦੀ ਤਰਫੋਂ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪਾਉਣ ਲਈ ਵਧਿਆ ਹੋਇਆ ਸਾਹਮਣੇ 4 ਜਾਫੀ ਹੈ
ਇੱਕ ਕਣੀ ਤੇ ਨੌਜਵਾਨ ਕਹਿੰਦੇ ਚਿੱਟੇ ਕੱਛੇ ਦੇ ਵਿੱਚ ਕਹਿੰਦੇ ਸੁੱਖਾ ਹੈ ਔਰ ਦੂਸਰੇ ਪਾਸੇ ਗੱਭਰੂ ਇਹ ਹੈ ਜਗ ਸਿੰਘ ਵਾਲੀ ਦੀ ਧਰਤੀ ਦਾ ਬਹੁਤ ਸੋਹਣਾ ਪੁਆਇੰਟ ਆਪਣੀ ਟੀਮ ਦੇ ਸੇ ਜੋੜਦਾ ਹੋਇਆ ਹੈ ਇਹ ਹੈ ਰਾਜੀ ਧੱਲੇ ਕੇ ਵਾਲਾ ਔਰ ਚੱਲ ਵੀ ਗੱਭਰੂ ਆ ਨੀਟੇ ਅਗਲੀ ਕਬੱਡੀ ਪਾ ਖੇਡ ਮੈਦਾਨ ਦੇ ਵਿੱਚ ਲਾਓ ਸਾਹਮਣੇ ਕਹਿੰਦੇ ਅਗਲੀ ਕਬੱਡੀ ਪਾਉਣ ਲਈ ਗੱਭਰੂ ਵਧਿਆ ਹੋਇਆ ਹੈ ਔਰ ਦੂਸਰੇ ਪਾਸੇ ਲੋਹਾਰੇ ਵਾਲਾ ਜਾਫੀ ਕਰਦਾ ਹੋਇਆ ਟਰਾਈ ਤੇ ਪੁਆਇੰਟ ਧਾਵੀ ਆਪਣੀ ਟੀਮ ਦੇ ਸੇ ਜੋੜਦਾ ਹੋਇਆ ਹੈ ਚਲੋ ਇਹ ਨੌਜਵਾਨ ਅਗਲੀ ਕਬੱਡੀ ਇਹ ਹੈ ਕਹਿੰਦੇ ਗਿੰਦਾ ਚੜਿਕ ਵਾਲਾ ਤੇ ਮਾਈਕ ਤੇ ਗੱਲ ਕਰੇਗਾ ਮਨਦੀਪ ਸਲਿਹਾਣੀ ਵਾਲਾ ਉਧਰੋਂ ਗਿੰਦੇ ਤੇ ਰਾਜ ਦਾ ਮਾਨ ਸਨਮਾਨ ਕਰਨਾ ਸਾਡੇ ਵੀਰ ਗੁਰਪ੍ਰੀਤ ਨੇ ਆਪਾਂ ਧੰਨਵਾਦ ਕਰਾਂਗੇ ਓਪਨ ਦੀਆਂ ਫਾਈਨਲ ਦੀਆਂ ਦੋਹੇ ਟੀਮਾਂ ਉਹ ਵੀ ਗਰਾਊਂਡ ਦੇ ਵਿੱਚ ਪੁੱਜੀਆਂ ਨੇ ਨਾਲ ਮਨਦੀਪ ਇਹ ਵੀ ਸਾਡਾ ਸਤਿਕਾਰਯੋਗ ਵੀਰ ਹੈ ਇਹਦਾ ਵੀ ਧੰਨਵਾਦ ਹੈ ਮਨਦੀਪ ਮਾਣੇ ਵਾਲਾ ਲੋ ਖੇਡਦੇ ਮੈਦਾਨ ਵਿੱਚ ਕਬੱਡੀ ਓਪਨ ਦੀਆਂ ਦੋਹੇ ਟੀਮਾਂ ਉਹ ਵੀ ਟੀਮਾਂ ਗਰਾਊਂਡ ਦੇ ਲਾਗੇ ਪੁੱਜੀਆਂ ਨੇ ਕਬੱਡੀ ਓਪਨ ਦੀਆਂ ਫਾਈਨਲ ਮੈਚ ਦੀਆਂ ਦੋਹੇ ਟੀਮਾਂ ਉਧਰ ਖੇਡਦੇ ਮੈਦਾਨ ਦੇ ਵਿੱਚ ਜਗਤ ਸਿੰਘ ਵਾਲੇ ਦੀ ਤਰਫੋਂ ਪੈਂਦੀ ਹੋਈ ਕਬੱਡੀ ਬੱਚੀ ਕੰਮੇ ਵਾਲੀ ਕਬੱਡੀ ਪਾ ਰਿਹਾ ਹੈ ਦੂਸਰੇ ਪਾਸੇ ਲੋਹਾਰਾ ਪਿੰਡ ਮੇਰੇ ਵੀਰਿਓ ਧੰਨ ਧੰਨ ਬਾਬਾ ਦਾਮੂ ਸ਼ਾਹ ਦਾ ਪਿੰਡ ਹੈ ਤੇ ਅੱਜ ਰੌਣਕਾਂ ਬ੍ਰਹਮ ਗਿਆਨੀ ਸੰਤ ਬਾਬਾ ਅਮਰ ਸਿੰਘ ਉਹਨਾਂ ਦੀ ਯਾਦ ਦੇ ਵਿੱਚ ਲੱਗੀਆਂ ਤੇ ਸਮੁੱਚਾ ਨਗਰ ਵਧਾਈ ਦਾ ਪਾਤਰ ਹੈ ਲੈ ਵੀ ਗੁਰਪ੍ਰੀਤ ਆ ਚੱਲਿਆ ਤੇਰਾ ਯਾਰ ਰਾਜੀ ਧੱਲੇ ਕਾ ਵਾਲਾ ਕਬੱਡੀ ਪਾਉਂਦਾ ਤੇ ਗੱਲ ਗੱਲ ਝਿੜਕ ਵਾਲਾ ਪੈਂਦੀ ਹੋਈ ਕਬੱਡੀ ਦੀ ਕਿ ਸੂਰਮਾ ਕਦੇ ਨਹੀਂ ਸਹਿ ਸਕਦਾ ਦਰਦਾਂ ਮਿਲੀਆਂ ਹਾਰਾਂ ਨੂੰ ਤੇ ਜੋਰੀ ਪਰਖਦਾ ਸੋਨੇ ਨੂੰ ਅੱਜ ਸਮਾਂ ਪਰਖਦਾ ਯਾਰਾਂ ਨੂੰ ਕਹਿੰਦੇ ਯਾਰੀਆਂ ਬਵਾਈਆਂ ਜਾ ਰਹੀਆਂ ਕਬੱਡੀ ਦੀ ਕਰੀਮ ਕਹਿੰਦੇ ਪੁੱਜੀ ਹੈ ਅੱਜ ਮਾਣਾ ਸਿੰਘ ਵਾਲੇ ਦੇ ਵਿੱਚ ਔਰ ਨੌਜਵਾਨ ਬਹੁਤ ਸੋਹਣਾ ਜਫਾ ਲਾ ਕੇ ਇੱਕ ਲੱਖਾਂ ਵਰਗੇ ਅੰਕ ਦਾ ਵਾਧਾ ਕਰਦਾ ਹੋਇਆ ਚੱਲ ਵੀ ਨੌਜਵਾਨ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪਾਉਣ ਲਈ ਇਹ ਕਹਿੰਦੇ ਨੀਡਾ ਨਾਮ ਹੈ ਜਲਾਲਾਬਾਦ ਪਿੰਡ ਹੈ ਜਿੱਥੋਂ ਦਾ ਸਿੰਧੂ ਕਹਿੰਦੇ ਬਹੁਤ ਤਕੜਾ ਖੇਡਦਾ ਹੈ ਔਰ ਉੱਥੋਂ ਦਾ ਕਹਿੰਦੇ ਗੱਭਰੂ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਆਉਣਾ ਹੈ ਲੋਹਾਰੇ ਵਾਲਾ ਬਹੁਤ ਤਕੜਾ ਜਫਾ ਲਾ ਕੇ ਇੱਕ ਜਾਨਦਾਰ ਜੇ ਨੰਬਰ ਦਾ ਵਾਧਾ ਕਰਦਾ ਹੋਇਆ ਸਾਹਮਣੇ ਕਹਿੰਦੇ ਵੀਰ ਵੀ ਐਨ ਕਬੱਡੀ ਦਾ ਆਨੰਦ ਮਾਣਦੇ ਹੈ ਔਰ ਦੂਸਰੇ ਪਾਸੇ ਜਿੰਨੇ ਵੀ ਵੀਰ ਸੰਗਤ ਵੀਰ ਔਰ ਜਿੰਨੇ ਵੀ ਵੀਰ ਸੰਗਤ ਇੱਥੇ ਪੁੱਜੇ ਹੋਏ ਹੈ ਸਾਰਿਆਂ ਦੇ ਇੱਥੇ ਪੁੱਜਣ ਦੇ ਬਹੁਤ ਬਹੁਤ ਧੰਨਵਾਦ ਹੈ ਉਸ ਸਾਹਮਣੇ ਕਹਿੰਦੇ ਨੌਜਵਾਨ ਖੇਡ ਮੈਦਾਨ ਦੇ ਵਿੱਚ ਗਿੰਦਾ ਚੜਿਕ ਵਾਲਾ ਤੇ ਮਾਈਕ ਤੇ ਗੱਲ ਕਰੇਗਾ ਮਨਦੀਪ ਸਲਿਹਾਣੀ ਵਾਲਾ ਸੁੱਖਾ ਜਗ ਸਿੰਘ ਵਾਲੀਆ ਮੇਰੇ ਵੀਰੋ ਲੈ ਵੀ ਪੱਟੀ ਡਬਾਈ ਵਾਲਿਆ ਵਾਕਈ ਸਿਰਾ ਹੋ ਗਿਆ ਅਗਲੀ ਕਬੱਡੀ ਲੋ ਬੱਚੀ ਮੇਰੇ ਵੀਰੋ ਕੰਮੇ ਵਾਲੀਆਂ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਲੋ ਹਲਕੇ ਹਲਕੇ ਕਦਮ ਵਿਰੋਧੀਆਂ ਦੇ ਵਿਹੜੇ ਤੇ ਕਬੱਡੀ ਓਪਨ ਦੀਆਂ ਦੋਹੇ ਟੀਮਾਂ ਉਹ ਵੀ ਗਰਾਊਂਡ ਦੇ ਵਿੱਚ ਪੁੱਜ ਜਾਣ ਕਬੱਡੀ ਓਪਨ ਦੀਆਂ ਦੋਹੇ ਟੀਮਾਂ ਅਗਲਾ ਜਿਹੜਾ ਫਾਈਨਲ ਮੈਚ ਹੈ ਕਬੱਡੀ ਓਪਨ ਦਾ ਖੇਡਿਆ ਜਾਣਾ ਤੇ ਗਰਾਊਂਡ ਦੇ ਵਿੱਚ ਕਬੱਡੀ ਮੇਰੇ ਵੀਰੋ ਗਿੰਦਾ ਚੜਿਕ ਵਾਲਾ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਲੋ ਉੱਧਰ ਚਾਰ ਜਾਫੀ ਜਗ ਸਿੰਘ ਵਾਲੇ ਹਲਕਾ ਹਲਕਾ ਪਿੱਛੇ ਨੂੰ ਹਟਿਆ ਦੇਖਾਂਗੇ ਵੀ ਕਿਹੜਾ ਨੌਜਵਾਨ ਢਾ ਕੇ ਹਿੱਕ ਤੇ ਬੈਠੇਗਾ ਆ ਸੁੱਖਾ ਜਗ ਸਿੰਘ ਵਾਲੀਆ ਮੇਰੇ ਵੀਰੋ ਪਰ ਪੁਆਇੰਟ ਗਿੰਦਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਲੈ ਵੀ ਚੜਿਕ ਵਾਲਾ ਤੇਰੇ ਪਿੰਡ ਦਾ ਗੱਭਰੂ ਹੈ ਕਿ ਆਪਣੇ ਗਰਾਈ ਕੋਲੋਂ ਹਾਲ ਪੁੱਛਾ ਪਿੰਡ ਦਾ ਮਰ ਜਾਣੇ ਮਾਲਾ ਪੰਜਾਬ ਜਾਂਦਾ ਖਿੜਦਾ ਕਦੇ ਕਿਸੇ ਰਾਵੀ ਕੋਲੋਂ ਵੱਖ ਨਾ ਚਰਾਬ ਹੋਵੇ ਆਪਣਾ ਪੰਜਾਬ ਹੋਵੇ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਮੂਲੀ ਨਾਲ ਗੰਢਾ ਹੋਵੇ ਵਾੜ ਵਾਲਾ ਮੰਜਾ ਹੋਵੇ ਤੇ ਗੱਲ ਕਰ ਚੜਿਕ ਵਾਲਾ ਪੈਂਦੀ ਹੋਈ ਕਬੱਡੀ ਦੀ ਲਓ ਕਹਿੰਦੇ ਮੱਖਣ ਬਰਾੜ ਨੇ ਲਿਖਿਆ ਗੀਤ ਹੈ ਔਰ ਪੰਜਾਬ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਰਿਕਾਰਡ ਹੋਇਆ ਔਰ ਸਾਹਮਣੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਕਬੱਡੀ ਕਹਿੰਦੇ ਰਾਜੀਵ ਇਹ ਨੌਜਵਾਨ ਧੱਲੇ ਕੇ ਵਾਲਾ ਔਰ ਦੂਸਰੇ ਪਾਸੇ ਗੱਭਰੂ ਕਰਦਾ ਹੋਇਆ ਟਰਾਈ ਉਧਰਲੇ ਪਾਸੇ ਵੀਰ ਵੀ ਖੇਡ ਕਬੱਡੀ ਦਾ ਆਨੰਦ ਮਾਣਦੇ ਹੈ ਔਰ ਧੱਲੇ ਕੇ ਵਾਲਾ ਰਾਜੀ ਬਹੁਤ ਸੋਹਣਾ ਪੁਆਇੰਟ ਲੈ ਕੇ ਵਾਪਸ ਔਰ ਮੈਂ ਬੇਨਤੀ ਕਰਾਂਗਾ ਚੀਮਾ ਯੋਧਪੁਰ ਤੇ ਪੱਤੋ ਹੀਰਾ ਸਿੰਘ ਦੋਨੋਂ ਟੀਮਾਂ ਨੂੰ ਮੇਰੀ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਲਾਗੇ ਪੁੱਜਣ ਚੀਮਾ ਯੋਧਪੁਰ ਤੇ ਪੱਤੋ ਹੀਰਾ ਸਿੰਘ ਲਓ ਸਾਹਮਣੇ ਕਹਿੰਦੇ ਬੱਚੀ ਨਾਮ ਹੈ ਕੰਮਿਆਣਾ ਪਿੰਡ ਹੈ ਔਰ ਦੂਸਰੇ ਪਾਸੇ ਖੇਡ ਮੈਦਾਨ ਦੇ ਵਿੱਚ ਨੌਜਵਾਨ ਕਹਿੰਦੇ ਬੱਲੂ ਕਰਦਾ ਹੋਇਆ ਟਰਾਈ ਵਾਹ ਨੌਜਵਾਨ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਹੁੰਦੀ ਹੋਈ ਮੁਕਾਬਲਾ ਸਖਤ ਹੈ ਫੈਸਲਾ ਹੋਣ ਲੱਗਾ ਕਬੱਡੀ 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 ਹੋ ਗਈ ਮਿੱਤਰੋ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਉਸ ਨੌਜਵਾਨ ਦੇ ਲਈ ਇੱਧਰ ਹਰਪ੍ਰੀਤ ਸਾਡਾ ਵੀਰ ਬੱਬੂ 100 ਰੁਪਇਆ ਬੱਬੀ ਸਾਡਾ ਵੀਰ 100 ਰੁਪਇਆ ਇਸ ਜਾਫੀ ਦੇ ਲਈ ਹੈ ਜਿਹਨੇ ਜੱਫਾ ਲਾਇਆ ਮੇਰੇ ਵੀਰ ਬੱਚੀ ਕੰਮੇ ਵਾਲੀਆਂ ਨੂੰ ਉਹਦਾ ਵੀ ਧੰਨਵਾਦ ਕਰਾਂਗੇ ਖੇਡ ਦੇ ਮੈਦਾਨ ਦੇ ਵਿੱਚ ਚੱਲ ਵੀ ਗਿੰਦਿਆ ਪਾ ਵੀ ਨੌਜਵਾਨ ਕਬੱਡੀਆਂ ਆ ਕੌਣਾ ਮੇਰੇ ਵੀਰ ਜਗ ਸਿੰਘ ਵਾਲੀਆ ਨੌਜਵਾਨ ਕਰਦਾ ਹੋਇਆ ਟਰਾਈ ਪਰ ਪੁਆਇੰਟ ਗਿੰਦਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਚੱਲ ਵੀ ਨੀਟਿਆ ਪਾ ਵੀ ਨੌਜਵਾਨ ਕਬੱਡੀਆਂ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਓਪਨ ਦੀਆਂ ਦੋਹੇ ਟੀਮਾਂ ਉਹ ਵੀ ਗਰਾਊਂਡ ਦੇ ਵਿੱਚ ਪੁੱਜ ਜਾਣ ਉਧਰ ਦਰਸ਼ਕ ਸਵੇਰ ਤੋਂ ਜਿੱਥੇ ਬੈਠੇ ਆ ਉੱਥੇ ਹੀ ਬੈਠੇ ਆ ਕਿਉਂਕਿ ਮੈਚ ਸਿਰੇ ਦੇ ਖੇਡੇ ਗਏ ਆ ਅੱਜ ਮੇਰ ਹੈ ਮੇਰੇ ਮਾਲਕ ਦੀ ਲੋ ਖੇਡ ਦੇ ਮੈਦਾਨ ਦੇ ਵਿੱਚ ਨੀਟਾ ਤੇ ਦੂਸਰੇ ਪਾਸੇ ਲੋਹਾਰੇ ਵਾਲਾ
ਮੂਰੇ ਹੋ ਕੇ ਘਿਰਨ ਦੀ ਕਰਦਾ ਹੋਇਆ ਟਰਾਈ ਪਰ ਪੁਆਇੰਟ ਮੇਰੇ ਵੀਰ ਨੀਟਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਚੱਲ ਵੀ ਥੱਲੇ ਕੇਵਲਾ ਪਾ ਵੀ ਨੌਜਵਾਨ ਕਬੱਡੀਆਂ ਆ ਮੈਦੇ ਦੀ ਕਬੱਡੀ ਦਾ ਵਾਰਸਾ ਮੇਰੇ ਵੀਰੋ ਥੱਲੇ ਕੇਵਲਾ ਚਰਨਾ ਮੇਰੇ ਵੀਰੋ ਕੈਨੇਡਾ ਦੇ ਵਿੱਚ ਧੁੰਮ ਪਾਉਣ ਵਾਲਾ ਖਿਡਾਰੀ ਹੈ ਖੇਡਦੇ ਮੈਦਾਨ ਦੇ ਵਿੱਚ ਲਓ ਰਾਜੀ ਥੱਲੇ ਕੇਵਲਾ ਤੇ ਗੱਲ ਕਰੇਗਾ ਦਵਿੰਦਰ ਚੜਕ ਵਾਲਾ ਲਓ ਸਾਹਮਣੇ ਰਾਜੀ ਦੀ ਪੈਦੀ ਹੋਈ ਕਬੱਡੀ ਦੇ ਉੱਪਰ ਕਹਿੰਦੇ ਸੁੱਖਾ ਜਗ ਸਿੰਘ ਵਾਲੇ ਦਾ ਲਾ ਤਕੜਾ ਜਫਾ ਇਹ ਕਹਿੰਦੇ ਸਾਫੂ ਵਾਲੇ ਦੇ ਖੇਡ ਮੇਲੇ ਦਾ ਵਾਸ਼ਿੰਗ ਮਸ਼ੀਨ ਦਾ ਜੇਤੂ ਸੁੱਖਾ ਜਗ ਸਿੰਘ ਵਾਲੇ ਦਾ ਬਹੁਤ ਸੋਹਣਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਚਲੋ ਨੌਜਵਾਨਾਂ ਅਗਲੀ ਕਬੱਡੀ ਪਾ ਖੇਡ ਮੈਦਾਨ ਦੇ ਵਿੱਚ ਸਾਹਮਣੇ ਚਾਰ ਜਾਫੀ ਹੈ ਹੁਣ ਚਾਰਾਂ ਜਾਫੀਆਂ ਦੇ ਵਿੱਚੋਂ ਕਿਹੜਾ ਗੱਭਰੂ ਕਰੂਗਾ ਕਮਾਲ ਲਓ ਸਾਹਮਣੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਹਿੰਦੇ ਬੱਲੂ ਦੀ ਕੀਤੀ ਹੋਈ ਟਰਾਈ ਹੈ ਇਹ ਹੈ ਨੌਜਵਾਨ ਕਹਿੰਦੇ ਬੱਲੂ ਲੋਹਾਰੇ ਵਾਲਾ ਲੈ ਬਈ ਚੜੈਕ ਵਾਲਿਆ ਉੱਧਰ ਸਾਡਾ ਵੀਰ ਜਸਵਿੰਦਰ ਕੈਨੇਡਾ ਤੇ ਜਿਸ ਕਾਰਨ ਇੰਗਲੈਂਡ ਵਾਲਾ ਸਵੇਰ ਤੋਂ ਲੈਪਟਾਪ ਖੋਲ ਕੇ ਬੈਠੇ ਹੋਏ ਨੈਟ ਤੇ ਕਹਿੰਦੇ ਬਾਈ ਸਵਾਦ ਆ ਗਿਆ ਉਹਨਾਂ ਵੀਰਾਂ ਵੱਲੋਂ 51,000 ਰੁਪਏ ਦਾ ਵੱਡਾ ਯੋਗਦਾਨ ਹੈ ਨਾਲ ਗੁਰਮੀਤ ਮੇਰਾ ਵੀਰ ਤੇ ਉੱਧਰ ਗੁਰਵਿੰਦਰ ਜ਼ਿੰਦਗੀ ਦਾ ਸਤਿਕਾਰਯੋਗ ਵੀਰ ਹੈ ਕੈਨੇਡਾ ਵਾਲਾ ਬਾਪੂ ਮੋਹਨ ਸਿੰਘ ਵੀ ਸਿੱਧੀਆਂ ਤਾਰਾਂ ਜੋੜੀ ਬੈਠਾ ਹੈ ਆਪਾਂ ਧੰਨਵਾਦ ਕਰਾਂਗੇ ਜ਼ਿੰਦਗੀ ਦੇ ਸਤਿਕਾਰ ਦੇ ਯੋਗ ਹੈ ਆਪਾਂ ਧੰਨਵਾਦ ਆ ਜਿੰਨੇ ਵੀ ਦਰਸ਼ਕ ਪੁੱਜੇ ਹੈ ਜਿੰਨੇ ਵੀ ਆਪਣੇ ਸਤਿਕਾਰਯੋਗ ਸ਼ਖਸੀਅਤਾਂ ਪੁੱਜੀਆਂ ਬਾਈ ਰੈਫਰੀ ਨੂੰ ਕਿਸੇ ਨੇ ਚੈਲੰਜ ਨਹੀਂ ਕਰਨਾ ਰੈਫਰੀ ਦਾ ਫੈਸਲਾ ਹਮੇਸ਼ਾ ਉਸ ਰੈਫਰੀ ਦੀ ਜਿਸ ਰੈਫਰੀ ਦੇ ਫੈਸਲੇ ਠੀਕ ਹੁੰਦੇ ਮਾੜੀ ਮੋਟੀ ਗੱਲ ਤੇ ਕਦੇ ਝਗੜਦੇ ਨਹੀਂ ਚੰਗੇ ਖਿਡਾਰੀ ਹਮੇਸ਼ਾ ਸ਼ਰੀਫ ਹੁੰਦੇ ਨਾਮ ਸਪੋਰਟਸ ਆ ਪ੍ਰੇਮ ਭਾਵਨਾ ਦਾ ਖਿਡਾਰੀ ਮੈਦਾਨ ਦੇ ਵਿੱਚ ਭਾਵੇਂ ਸ਼ਰੀਕ ਹੁੰਦੇ ਕਬੱਡੀ ਨੇ ਪਤਾ ਨਹੀਂ ਕਿਹਨੂੰ ਚਮਕਾ ਦੇਣਾ ਕਦੇ ਮਾੜੇ ਟੱਪੇ ਨਹੀਂ ਹੁੰਦਿਆਂ ਦੀ ਲੀਕ ਹੁੰਦੇ ਔਰ ਚੰਗੇ ਖਿਡਾਰੀ ਹਮੇਸ਼ਾ ਉਹੀ ਹੁੰਦੇ ਗੁਰਚਰਨ ਸਿੰਘ ਜੀ ਪੱਪੂ ਕਬੱਡੀ ਦਾ ਪ੍ਰਸਿੱਧ ਖਿਡਾਰੀ ਹੈ ਕਿਰਪਾ ਕਰਕੇ ਉਹ ਵੀ ਸਟੇਜ ਤੇ ਚਲਾ ਜਾਵੇ ਸਾਡਾ ਗੁਰਚਰਨ ਸਿੰਘ ਜੀ ਪੱਪੂ ਉਹ ਸਟੇਜ ਤੇ ਚਲੇ ਜਾਣ ਬਹੁਤ ਧੰਨਵਾਦ ਹੈ ਕਬੱਡੀ ਓਪਨ ਦੀਆਂ ਦੋਹੇ ਟੀਮਾਂ ਜੋਧਪੁਰ ਚੀਮਾ ਤੇ ਪੱਤੋ ਹੀਰਾ ਸਿੰਘ ਉਹ ਵੀ ਟੀਮਾਂ ਗਰਾਊਂਡ ਦੇ ਵਿੱਚ ਪੁੱਜ ਜਾਣ ਕਿਉਂਕਿ ਆਹ ਮੈਚ ਆ ਜਿਹੜਾ ਫਾਈਨਲ ਮੈਚ ਮੇਰੇ ਵੀਰੋ ਇਹ ਐਨ ਸਮਾਪਤੀ ਵੱਲ ਹੈ ਉਹ ਵੀ ਟੀਮਾਂ ਗਰਾਊਂਡ ਦੇ ਵਿੱਚ ਪੁੱਜ ਜਾਣ ਆਏ ਸੁੱਖਾ ਜਗ ਸਿੰਘ ਵਾਲੀਆ ਧੱਕੇ ਮਾਰ ਕੇ ਦਲਾਨੋ ਬਾਹਰ ਕੱਢਦਾ ਹੋਇਆ ਤੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਪੱਤੋ ਹੀਰਾ ਸਿੰਘ ਤੇ ਜੋਧਪੁਰ ਚੀਮਾ ਵਾਕਈ ਚੜਕ ਵਾਲਿਆ 70 ਦੇ ਵਿੱਚ ਜਿਹੜੇ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਜੂਸੂ ਦਿੱਤੇ ਜਾਣੇ ਆ ਤੇ ਓਪਨ ਦੇ ਵਿੱਚ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਐਲਸੀਆਂ ਦਿੱਤੀਆਂ ਜਾਣੀਆਂ ਇਹ ਮਾਣ ਆ ਇਸ ਨਗਰ ਦਾ ਤੇ ਗੱਲ ਕਰ ਪੈਂਦੀ ਹੋਈ ਕਬੱਡੀ ਦੀ ਲਓ ਸਾਹਮਣੇ ਕਹਿੰਦੇ ਬੱਚੀ ਦੀ ਪਾਈ ਹੋਈ ਕਬੱਡੀ ਹੈ ਔਰ ਦੂਸਰੇ ਪਾਸੇ ਗੱਭਰੂ ਕਰਦਾ ਹੋਇਆ ਬੱਲੂ ਟਰਾਈ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਲਓ ਇੱਕ ਪਾਸੇ ਬੱਲੂ ਦੀ ਕੀਤੀ ਹੋਈ ਟਰਾਈ ਲੱਗਦਾ ਹੋਇਆ ਤਕੜਾ ਜਾਫਾ ਖੇਡ ਮੈਦਾਨ ਦੇ ਵਿੱਚ ਹੁਣ ਦੇਖਦੇ ਵੀ ਕਿਹੜਾ ਨੌਜਵਾਨ ਜਾਫੀ ਕਿਹੜਾ ਨੌਜਵਾਨ ਧਾਵੀ ਜੂਸਰਾਂ ਦਾ ਹੱਕਦਾਰ ਬਣੇਗਾ ਇਹ ਸਮਾਂ ਦੱਸੂਗਾ ਔਰ ਸਮੇਂ ਦੀ ਕਿਵੇਂ ਕਬੱਡੀ ਹੈ ਔਰ ਸਮਾਂ ਬਹੁਤ ਤਕੜਾ ਮੈਚ ਲੈ ਵੀ ਬਾਈ ਦੱਸੀ ਕਾਪੀ ਤੇ ਕਿੰਨੀਆਂ ਲੇਖਾਂ ਮਾਰੀਆਂ ਤੇ ਕਿੰਨੇ ਟੀਮ ਕਿਹੜੀ ਟੀਮ ਨੇ ਕਿੰਨੇ ਪੁਆਇੰਟ ਲਏ ਆ ਆਪਾਂ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੇ ਕਰਾਂਗੇ ਲੈ ਵੀ ਦਰਸ਼ਕੋ ਜਗ ਸਿੰਘ ਵਾਲੇ ਦੇ ਪੁਆਇੰਟ ਆ 12 ਤੇ ਲੋਹਾਰੇ ਦੇ ਪੁਆਇੰਟ ਆ 15.5 ਲੋਹਾਰੇ ਦੀ ਟੀਮ ਫਸਟ ਤੇ ਜਗ ਸਿੰਘ ਵਾਲਾ ਸੈਕਿੰਡ ਲੈ ਵੀ ਭਾਈ ਜਿਹੜਾ ਫਾਈਨਲ ਮੈਚ ਦਾ ਸਵਾਦ ਲੈਣਾ ਤਾਂ ਗਰਾਊਂਡ ਕਲੀਅਰ ਕਰ ਦਿਓ ਕਿਉਂਕਿ ਇਹ ਐਨ ਨਿਚੋੜ ਨਿਕਲ ਗਿਆ ਇਸ ਟੂਰਨਾਮੈਂਟ ਦਾ ਹੁਣ ਆਪਾਂ ਘਿਓ ਜਿਹੜਾ ਉਹ ਤੱਤਾ ਕਰਕੇ ਭਾਂਡੇ ਵਿੱਚ ਪਾਉਣਾ ਹੈ ਕਿਰਪਾ ਕਰਕੇ ਜੇ ਸਵਾਦ ਲੈਣਾ ਨਾ ਤਾਂ ਗਰਾਊਂਡ ਖਾਲੀ ਕਰ ਦਿਓ ਗਰਾਊਂਡ ਕਢੀਲ ਕਰ ਦਿਓ ਹਾਂਜੀ ਨਵਦੀਪ ਲੁਹਾਰੇ ਵਾਲਾ ਬੈਸਟ ਜਾਫੀ ਮੇਰੇ ਵੀਰੋ 5 ਟੱਚ ਤੇ 3 ਜੱਫੇ ਗਿੰਦਾ ਚੜੈਕ ਵਾਲਾ ਮੇਰੇ ਵੀਰੋ ਬੈਸਟ ਜਿਹੜਾ ਰੇਡਰ ਨਿਕਲਿਆ 9 ਰੇਡਾਂ 1 ਜੱਫਾ ਤੇ 8 ਪੁਆਇੰਟ ਲਏ ਆ ਮੇਰੇ ਵੀਰ ਨੇ ਗਿੰਦਾ ਚੜੈਕ ਵਾਲਾ ਉਹ ਬੈਸਟ ਰੇਡਰ ਹੈ ਉਧਰ ਮਾਈਕਰੋਵੇਵ ਨਹੀਂ ਕਿ ਜੂਸਰ ਵੀਰੇ ਠੀਕ ਆ ਜੀ ਧੰਨਵਾਦ ਹੈ ਆਓ ਜੀ ਓਪਨ ਦੀਆਂ ਦੋਹੇ ਟੀਮਾਂ ਪਹਿਲਾਂ ਵੀ ਕਿਹਾ ਸੀ ਜੇ ਬਾਈ ਸਵਾਦ ਲੈਣਾ ਨਾ ਮੈਚ ਦਾ ਫਾਈਨਲ ਮੈਚ ਦਾ ਤਾਂ ਗਰਾਊਂਡ ਕਲੀਅਰ ਕਰ ਦਿਓ ਨਾਲ ਹੀ ਬਲਦੇਵ ਸਿੰਘ ਜੀ ਸਰਪੰਚ ਰੱਤੇ ਖੇੜੇ ਤੋਂ ਉਹ ਵੀ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਪੁੱਜੇ ਹੈ ਉਹਨਾਂ ਦਾ ਵੀ ਇੱਥੇ ਪੁੱਜਣ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੁਬਾਰਕਬਾਦ ਹੈ ਗਿੰਦੇ ਚੜਿੱਕ ਵਾਲੇ ਨੂੰ ਔਰ ਮੁਬਾਰਕਬਾਦ ਹੈ ਨਵਦੀਪ ਲੋਹਾਰੇ ਵਾਲੇ ਨੂੰ ਜਿਨ੍ਹਾਂ ਨੇ ਕਹਿੰਦੇ ਜੂਸਰ ਜਿੱਤੇ ਹੈ ਇਸ ਖੇਡ ਮੇਲੇ ਦੇ ਉੱਪਰੋਂ ਔਰ ਪੱਤੋ ਹੀਰਾ ਸਿੰਘ ਵਰਸੇ ਜੋਧਪੁਰ ਚੀਮਾ ਨਾਲ ਹੀ SB ਪੈਸਟੀਸਾਈਡਸ ਤੇ ਸਿੰਬਲ ਟੈਲੀਕਾਮ ਵਾਲੇ ਵੀਰਾਂ ਦਾ ਵੱਡਾ ਧੰਨਵਾਦ ਹੈ ਜਿਨ੍ਹਾਂ ਨੇ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਮਾਨ ਸਨਮਾਨ ਦੇਣੇ ਹੈ
एसपी पेस्टिसाइड ते नाल साडा वीर सिंबल टेलीकॉम इन्हां दा भी आपां धन्नवाद करांगे। पत्तो हीरा सिंह ते जोधपुर चीमा ग्राउंडा टीम दे विच टीमा ग्राउंड दे विच पुज जाण। पत्तो हीरा सिंह ते जोधपुर चीमा दा मैच मित्रो फस गईयां कुंडियां, बाहर बैठे लोग ही गल्लां करदे कि टीमां दोहें चंगियां, वाकई ऐन सिरा हो गया जिस धरती ते ते मेरे वीरो ग्राउंड दे विच गैठ गैठ टोए पै गए है क्योंकि अज साना वाला पेड होया है। इस धरती ते समुचे नगर लई अज वधाई है ते माण वाली गल है। परमात्मा इस तरह ही चढ़दी कला रखे इस नगर ते ते असीं वी बोलदे रहीए आए साल। लै वी चड़क वाले आवाज दे दोहां टीमां नूं, चीमा योधपुर ते पत्तो हीरा सिंह, दोनों टीमां नूं मेरी बेनती है कि जल्दी नाल टीमां जिहड़ियां ओह खेड मैदान दे विच आ जाण। पत्तो हीरा सिंह वर्से योधपुर चीमा, दोनों टीमां जल्दी तो जल्दी खेड मैदान दे लागे आ जाण। फाइनल मुकाबला जिहड़ा खेडिया जाणा कबड्डी ओपन दा, और 70 किलो भार वर्ग दा जिहड़ा मुकाबला खेडिया गया है उस दे विचों जिहड़ी फर्स्ट टीम रही है लोहारे दी है और सैकेंड जिहड़ी टीम रही है जग सिंह वाले दी। बेस्ट रेडर गिंदा चड़िक वाला और बेस्ट जाफी जिहड़ा नवदीप लोहारे वाला है। फाइनल मैच आ, दोहे टीमां ग्राउंड दे विच पुज जाण, जोधपुर चीमा ते पत्तो हीरा सिंह। उधर साडा वीर गुरविंदर कनेडा वाला उहदा वी धन्नवाद है। सरदार गोल्डी चंडीगढ़ ते गुरप्रीत आबू धाबी ते सरदार मोहन सिंह जी साडे अंकल जी ओह वी सिद्धियां तारां जोड़ी बैठे आ। हांजी हेलो मनजीत सिंह नूं जस्सा लोहारे वाला जिथे वास आउंदा ग्राउंड दे विच आ जावे जस्सा लोहारे वाला। और नाल ही कबड्डी 365.com ਦੇ ਜ਼ਰੀਏ ਜਿੰਨੇ ਵੀ ਸਾਡੇ ਐਨਆਰਆਈ ਵੀਰ ਸਿੰਬਲ ਤੇ ਹਲੋ ਸਿੰਬਲ ਤੇ ਸੁੱਖ ਵੀ ਇੱਕ ਸਿੰਬਲ ਤੇ ਸੁੱਖ ਵੀ ਇਧਰ ਆ ਜਾਣ ਸਟੇਜ ਦੇ ਕੋਲੇ, ਜਿਨ੍ਹਾਂ ਨੇ ਜੂਸਰ ਦੇਣੇ ਆ ਜਾਓ। ਸਿੰਬਲ ਟੈਲੀਕਾਮ ਲੈ ਵੀ ਕੀਪੇ ਸਰਪੰਚ ਵਾਕਈ ਸਿਰਾ ਹੋ ਗਿਆ ਮੇਰੇ ਵੀਰ, ਆਪਾਂ ਧੰਨਵਾਦ ਦੇਵਾਂਗੇ ਸਾਰੇ ਨਗਰ ਦਾ, ਬਹੁਤ ਬਹੁਤ ਧੰਨਵਾਦ। ਉਧਰ ਸਿੰਬਲ ਟੈਲੀਕਾਮ ਤੇ ਸੰਧੂ ਪੈਸਟੀਸਾਈਡਸ ਵਾਲੇ ਵੀਰਾਂ ਦਾ ਵੀ ਧੰਨਵਾਦ ਹੈ। ਨਾਲ ਸਾਡਾ ਵੀਰ ਮਨਜੀਤ ਸੰਧੂ ਉਹਨਾਂ ਵੱਲੋਂ ਵੀ ਜਿਹੜਾ ਫਸਟ ਪ੍ਰਾਈਜ਼ ਹੈ, ਤੇ ਸਰਦਾਰ ਗੁਰਚਰਨ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਵੀ ਜਿਹੜਾ ਸੈਕੰਡ ਪ੍ਰਾਈਜ਼ ਹੈ। ਨਾਲ ਹੀ ਮੈਂ ਧੰਨਵਾਦ ਕਰਦਾ ਗੁਰਵਿੰਦਰ ਸਿੰਘ ਜੀ ਕੈਨੇਡਾ ਜਿਨ੍ਹਾਂ ਦੇ ਵੱਲੋਂ ਕਬੱਡੀ ਓਪਨ ਦਾ ਦੂਸਰਾ ਜਿਹੜਾ ਪ੍ਰਾਈਜ਼ ਸਪੌਂਸਰ ਕੀਤਾ ਗਿਆ ਹੈ, ਔਰ ਸ਼ੀਰਾ ਸੰਧੂ ਜੀ, ਵਿੱਕੀ ਸੰਧੂ, ਜਸਪ੍ਰੀਤ ਬਰਾੜ, ਪਾਲ ਸੰਧੂ ਜੀ ਸਾਡੇ ਵੀਰ, ਕੀਪਾ ਸਰਪੰਚ, ਔਰ ਗੀਤਾ ਪ੍ਰਧਾਨ ਜੀ, ਨਾਲ ਹੀ ਰਮੇਸ਼ ਸਿੰਘ ਜੀ ਸਰਪੰਚ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਲੈ ਵੀ ਚੜਿਕ ਵਾਲਿਆ ਸਰਦਾਰ ਬਲਦੇਵ ਸਿੰਘ ਜੀ ਸਰਪੰਚ, ਰੱਤੇ ਖੇੜੇ ਵਾਲੇ 500 ਰੁਪਏ ਦਾ ਮਾਨ ਸਨਮਾਨ ਆਪਣੇ ਲਈ, ਆਪਾਂ ਤਹਿ ਦਿਲੋਂ ਧੰਨਵਾਦ ਕਰਾਂਗੇ ਸਰਦਾਰ ਬਲਦੇਵ ਸਿੰਘ ਜੀ ਸਰਪੰਚ ਰੱਤੇ ਖੇੜੇ ਵਾਲੇ। ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ, ਦੋਹਾਂ ਬੁਲਾਰਿਆਂ ਦੇ ਲਈ 500 ਰੁਪਏ ਦਾ ਮਾਨ ਸਨਮਾਨ ਪੁੱਜਦਾ ਕਰਦੇ ਹੈ। ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਰਦਾਰ ਬਲਦੇਵ ਸਿੰਘ ਜੀ ਸਰਪੰਚ। ਲੈ ਵੀ ਕਮਲ ਥੋੜ੍ਹਾ ਜਿਹੜਾ ਕੈਮਰਾ ਇੱਧਰ ਘੁਮਾ ਦੇ ਕਿਉਂਕਿ ਇੰਟਰਨੈਟ ਦੇ ਜ਼ਰੀਏ ਜਿਹੜਾ ਲਾਈਵ ਟੈਲੀਕਾਸਟ ਚੱਲ ਰਿਹਾ ਹੈ। ਮੇਰੀ ਬੇਨਤੀ ਹੈ ਵੀਰਾਂ ਥੋੜ੍ਹਾ ਕੈਮਰੇ ਵਾਲੇ ਪਾਸੇ ਜਿਹੜਾ ਆਪਾਂ ਫੇਸ ਕਰ ਲਈਏ। ਕਬੱਡੀ 365.com ਦੇ ਜ਼ਰੀਏ ਅਲਬਰਟਾ ਕਬੱਡੀ ਫੈਡਰੇਸ਼ਨ ਦਾ ਜਨਰਲ ਸੈਕਟਰੀ ਮੇਰਾ ਵੀਰ ਚੜਿਕ ਵਾਲਾ ਬੱਬੀ ਵੀ ਜੁੜਿਆ ਹੋਇਆ ਹੈ, ਨਾਲ ਸੁੱਖਾ ਸਰੀ ਦੇ ਵਿੱਚ ਬੈਠਾ ਹੈ ਔਰ ਨਾਲ ਹੀਰੋ ਹੈ, ਉਹ ਵੀ ਇਹਨਾਂ ਮੈਚਾਂ ਦੇ ਆਨੰਦ ਮਾਣਦੇ ਹੈ, ਫੋਨ ਦੇ ਜ਼ਰੀਏ ਵੀ ਜੁੜੇ ਹੋਏ ਹੈ। ਔਰ ਜਿੰਨੇ ਵੀ ਵੀਰ 132 ਨੰਬਰ ਚੈਨਲ ਦੇ ਜ਼ਰੀਏ ਫਾਸਟਵੇ ਦੇ ਉੱਪਰ ਆਨੰਦ ਮਾਣਦੇ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਨਾਲ ਹੀ ਬਲਦੇਵ ਸਿੰਘ ਜੀ ਸਰਪੰਚ ਪਿੰਡ ਰੱਤਾ ਖੇੜਾ, ਬਹੁਤ ਸਾਰਾ ਮਾਣ ਜਿਹੜਾ ਪੁੱਜਦਾ ਕਰਕੇ ਗਏ ਆ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਸਾਡੇ ਸਤਿਕਾਰਯੋਗ ਸੱਜਣਾਂ ਦਾ। ਔਰ ਜਿੰਨੀ ਵੀ ਰਬਰੂਪੀ ਸੰਗਤ ਇੱਥੇ ਪੁੱਜੀ ਹੈ ਇਹਨਾਂ ਮੈਚਾਂ ਨੂੰ ਟੱਕਣ ਦੇ ਲਈ, ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ। ਦੋਹੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਜੀ ਫਾਈਨਲ ਮੈਚ ਦੀਆਂ। ਨਾਲ ਹੀ ਲੈ ਵੀ ਦਰਸ਼ਕੋ, ਜੇ ਮੈਚ ਦਾ ਸਵਾਦ ਲੈਣਾ ਨਾ ਤਾਂ ਗਰਾਊਂਡ ਜਿਵੇਂ ਕਲੀਅਰ ਆ ਹੀ ਰਹਿਣਾ ਚਾਹੀਦਾ, ਕੋਈ ਵੀ ਵਾਧੂ ਬੰਦਾ ਗਰਾਊਂਡ ਦੇ ਵਿੱਚ ਨਾ ਆਵੇ। ਲੈ ਵੀ ਬਾਈ ਤੁਹਾਡਾ ਵੀ ਧੰਨਵਾਦ ਹੈ, ਤੁਸੀਂ ਵੀ ਬਹੁਤ ਉਤਸ਼ਾਹ ਵਧਾਇਆ ਖਿਡਾਰੀਆਂ ਦਾ। ਹਾਂਜੀ ਬਾਈ, ਹੈਲੋ ਹੈਲੋ, ਅਸੀਂ ਆਪਣੇ ਛੋਟੇ ਵੀਰ ਗੁਰਬਾਜ ਸਿੰਘ ਗਾਂਧੀ ਨਾਲ
ਮੈਂ ਵੀ ਭਾਈ ਗਰਾਊਂਡ ਕਲੀਅਰ ਕਰ ਦੋ ਇੱਧਰ ਪੱਟੀ ਡਬਈ ਵਾਲਾ ਮੇਰਾ ਵੀਰ 70 ਕਿਲੋ ਦੀ ਫਸਟ ਨਾਲ ਪ੍ਰਭਦੀਪ ਸਿੰਘ ਪਰਪਾ ਕਹਿੰਦਾ ਭਾਈ ਸਵਾਦ ਆ ਗਿਆ ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਮੈਚ ਬੜੇ ਤਕੜੇ ਖੇਡੇ ਗਏ ਆਪਾਂ ਧੰਨਵਾਦ ਕਰਾਂਗੇ ਲੈ ਵੀ ਚੜਕ ਵਾਲਾ ਆਵਾਜ਼ ਦੇ ਹੈਲੋ ਇੱਕ ਮਿੰਟ ਵੀਰੇ ਮੈਕ ਬੰਦ ਕਰੀ ਹੈਲੋ ਅਸੀਂ ਆਪਣੇ ਪੁਰਾਣੇ ਦੋਸਤ ਗੁਰਬਾਸ ਸਿੰਘ ਗਾਂਧੀ ਕੈਨੇਡਾ ਉਹਨਾਂ ਨਾਲ ਸਿੱਧੇ ਸੰਪਰਕ ਕਰ ਰਹੇ ਹਾਂ ਪਿਆਰ ਵਧਾਇਆ ਵਧਦਾ ਜਿੰਨੇ ਐਨ ਆਰ ਆਈ ਭਾਈ ਸਭ ਦਾ ਬਹੁਤ ਬਹੁਤ ਧੰਨਵਾਦ ਸਹਿਯੋਗ ਦੇਣ ਨਾਲ ਖੁਸ਼ੀਆਂ ਵਧਾਈਆਂ ਵਧਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਲਬਾਗ ਬਰਾੜ ਉਹ ਵੀ ਗਰਾਊਂਡ ਦੇ ਵਿੱਚ ਆ ਜਾਵੇ ਮੇਰੇ ਵੀਰ ਤੇਰੀ ਵੀ ਮੰਗ ਹੈ ਪੱਤੋ ਦੀ ਟੀਮ ਜਿਹੜੀ ਖੇਡ ਮੈਦਾਨ ਦੇ ਵਿੱਚ ਪੁੱਜ ਗਈ ਹੈ ਚੀਮਾ ਯੋਧਪੁਰ ਨੂੰ ਮੇਰੀ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਟੀਮ ਜਿਹੜੀ ਖੇਡ ਮੈਦਾਨ ਦੇ ਵਿੱਚ ਆ ਜਾਵੇ ਚੀਮਾ ਯੋਧਪੁਰ ਪੱਤੋ ਦੀ ਟੀਮ ਜਿਹੜੀ ਖੇਡ ਮੈਦਾਨ ਦੇ ਵਿੱਚ ਪੁੱਜ ਗਈ ਹੈ ਔਰ ਦੋਤੇ ਵਾਲਾ ਸੰਦੀਪ ਵੀ ਪੁੱਜ ਗਿਆ ਹੈ ਲੈ ਵੀ ਬਾਈ ਦੋਹੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਤੇ ਦਿਲਬਾਗ ਬਰਾੜ ਵੀ ਗਰਾਊਂਡ ਦੇ ਵਿੱਚ ਆ ਜਾਵੇ ਨਾਲ ਬਲਦੇਵ ਸਿੰਘ ਜੀ ਸਰਪੰਚ ਰੱਤਾ ਖੇੜਾ ਤੇ ਬੋਰ ਸਿੰਘ ਜੀ ਕਮਕਰਾਂ ਵਾਲੇ ਸੱਤਰ ਕਿਲੋ ਭਾਰ ਵਾਲੇ ਦਾ ਸੈਕਿੰਡ ਪ੍ਰਾਈਜ਼ ਮੇਰੇ ਵੀਰੋ ਜਗਤ ਸਿੰਘ ਵਾਲੇ ਦੀ ਟੀਮ ਨੂੰ ਦਿੱਤਾ ਜਾ ਰਿਹਾ ਹੈ ਇਹ ਜਿਹੜਾ ਪ੍ਰਾਈਜ਼ ਆ ਸਾਡੇ ਸਤਿਕਾਰ ਦੇ ਯੋਗ ਸਵਰਗ ਵਾਸੀ ਗੁਰਚਰਨ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਜਾ ਰਿਹਾ ਆਪਾਂ ਧੰਨਵਾਦ ਕਰਾਂਗੇ ਸੱਤਰ ਕਿਲੋ ਭਾਰ ਵਰਗ ਦਾ ਸੈਕਿੰਡ ਪ੍ਰਾਈਜ਼ ਜਗਤ ਸਿੰਘ ਵਾਲੇ ਦੀ ਟੀਮ ਵੱਲੋਂ ਦਿੱਤਾ ਜਾ ਰਿਹਾ ਹੈ ਜਗਤ ਸਿੰਘ ਵਾਲੇ ਦੀ ਟੀਮ ਨੂੰ ਤੇ ਪਹਿਲਾ ਪ੍ਰਾਈਜ਼ ਮਨਜੀਤ ਸੰਧੂ ਉਹਨਾਂ ਵੀਰਾਂ ਵੱਲੋਂ ਹੈ ਉੱਧਰ ਬਾਬਾ ਹਰਜਿੰਦਰ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਹੈ ਜਿੰਨੇ ਵੀ ਸਤਿਕਾਰ ਯੋਗ ਰੱਬ ਰੂਪੀ ਸੰਗਤ ਪੁੱਜੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਹਾਡੇ ਵਿੱਚ ਰੱਬ ਵੱਸਦਾ ਤੇ ਜਿੱਥੇ ਸਵੇਰ ਦੇ ਬੈਠੇ ਆ ਉੱਥੇ ਹੀ ਬੈਠੇ ਆ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਲੈ ਵੀ ਚੜਕ ਵਾਲਿਆ ਦੋਹੇ ਟੀਮਾਂ ਗਰਾਊਂਡ ਦੇ ਵਿੱਚ ਬੁਲਾ ਲਾ ਮੇਰੇ ਵੀਰ ਚੀਮਾ ਯੋਧਪੁਰ ਨੂੰ ਮੇਰੀ ਬੇਨਤੀ ਹੈ ਟੀਮ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਵੇ ਚੀਮਾ ਯੋਧਪੁਰ ਦੀ ਸਮੁੱਚੀ ਟੀਮ ਪੱਤੋ ਦੀ ਟੀਮ ਜਿਹੜੀ ਖੇਡ ਮੈਦਾਨ ਦੇ ਵਿੱਚ ਆ ਗਈ ਹੈ ਔਰ ਚੀਮਾ ਯੋਧਪੁਰ ਨੂੰ ਸਾਡੀ ਬੇਨਤੀ ਹੈ ਕਿ ਟੀਮ ਜਿਹੜੀ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਆ ਜਾਵੇ ਚੀਮਾ ਯੋਧਪੁਰ ਦੀ ਸਮੁੱਚੀ ਟੀਮ ਔਰ ਚੋਟੀ ਦਾ ਜਿਹੜਾ ਮੁਕਾਬਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਣਾ ਹੈ ਲੈ ਵੀ ਬਾਈ ਧੰਨਵਾਦ ਆਪਾਂ ਗਰਾਊਂਡ ਕਲੀਅਰ ਕਰ ਦੇਣਾ ਉਧਰ ਧੰਨਵਾਦ ਆ ਸਾਡੇ ਵੀਰ ਬਾਈ ਗੁਰਵਿੰਦਰ ਕੈਨੇਡਾ ਤੇ ਨਾਲ ਬਾਜੇ ਵਾਲੇ ਤੋਂ ਮੇਰਾ ਵੀਰ ਕਮਰਦੀਪ ਕਮਰਜੀਤ ਉਹਨਾਂ ਦਾ ਵੀ ਧੰਨਵਾਦ ਹੈ ਸਾਰੇ ਸਤਿਕਾਰਯੋਗ ਵੀਰਾਂ ਦਾ ਜਿੰਨੇ ਵੀ ਐਨਆਰਆਈ ਵੀਰ ਆ ਮੇਰੇ ਵੀਰੋ ਜਿਨ੍ਹਾਂ ਨੇ ਵੱਡਾ ਸਹਿਯੋਗ ਦਿੱਤਾ ਮੈਂ ਧੰਨਵਾਦ ਫਿਰ ਕਰਾਂਗਾ ਜਸਵਿੰਦਰ ਕੈਨੇਡਾ ਤੇ ਮੇਰਾ ਵੀਰ ਜਸਕਰਨ ਇੰਗਲੈਂਡ ਵਾਲਾ ਜਿਨ੍ਹਾਂ ਨੇ 51,000 ਰੁਪਇਆ ਕਬੱਡੀ ਓਪਨ ਦਾ ਪਹਿਲਾ ਇਨਾਮ ਮੇਰੇ ਵੀਰੋ ਤੇ ਉੱਧਰ ਸਰਦਾਰ ਮੋਹਨ ਸਿੰਘ ਦਾ ਪੁੱਤਰ ਮੇਰੇ ਵੀਰੋ ਨਾਲ ਗੁਰਵਿੰਦਰ ਨਾਲ ਗੁਰਵਿੰਦਰ ਸਿੰਘ ਉਹਦੇ ਵੱਲੋਂ 36,000 ਰੁਪਏ ਦਾ ਦੂਜਾ ਇਨਾਮ ਨਾਲ ਮੇਰਾ ਵੀਰ ਬਿਆੰਤ ਤੇ ਦੂਸਰਾ ਨਾਲ ਲਵਲੀ ਲੈ ਵੀ ਲਵਲੀ ਸਵਾਦ ਆ ਗਿਆ ਤੇ ਬਾਬਾ ਹਰਜਿੰਦਰ ਸਿੰਘ ਜੀ ਹੈੱਡ ਗ੍ਰਾਂਤੀ ਸਾਡੀ ਸਤਿਕਾਰਯੋਗ ਸ਼ਖਸੀਅਤ ਹੈ ਉਹਨਾਂ ਦਾ ਵੀ ਧੰਨਵਾਦ ਹੈ ਨਾਲ ਸਵਰਗਵਾਸੀ ਸਰਦਾਰ ਜੋਰਾ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਕਬੱਡੀ 35 ਕਿਲੋ ਦੂਸਰਾ ਮੇਰੇ ਵੀਰੋ ਇਨਾਮ ਜਿਹੜਾ ਦਿੱਤਾ ਜਾ ਰਿਹਾ ਹੈ ਉਹਨਾਂ ਵੀਰਾਂ ਦਾ ਵੀ ਧੰਨਵਾਦ ਹੈ ਨਾਲ ਸਰਦਾਰ ਜਸਵਿੰਦਰ ਸਿੰਘ ਜੀ ਕੈਨੇਡਾ ਵਾਲੇ ਉਹਨਾਂ ਦੇ ਚਾਚਾ ਜੀ ਤੇ ਗੁਰਵਿੰਦਰ ਕੈਨੇਡਾ ਆ ਜਾ ਵੀ ਬਾਈ ਆਪਾਂ ਸਨਮਾਨ ਕਰੀਏ ਉਧਰ ਰਮੇਸ਼ ਸਰਪੰਚ ਹੋਣੀ ਰਾਜਪਾਲ ਹੋਰੀ ਜਸਕਰਨ ਰਾਜਾ ਜੀ ਹਰਜਿੰਦਰ ਸੰਧੂ ਤੇ ਨਾਲ ਮੇਰੇ ਗੁਰਬਖਸ਼ ਸਿੰਘ ਜੀ ਲੈ ਵੀ ਜੋਧਪੁਰ ਚੀਮੇ ਦੀ ਟੀਮ ਆਈ ਕਿ ਨਹੀਂ ਆਈ ਪ੍ਰਗਟ ਵੀ ਪੁੱਜ ਗਿਆ ਔਰ ਪਿੱਛੇ ਪਿੱਛੇ ਮੈਂ ਵੇਖਦਾ ਕਿ ਕੇਵਲ ਭਗਤੇ ਵਾਲਾ ਵੀ ਆ ਰਿਹਾ ਹੈ ਔਰ ਕਾਕਾ ਵੀ ਪੁੱਜ ਗਿਆ ਨੌਜਵਾਨ ਹੇਸ ਕਬੱਡੀ ਕਲੱਬ ਦੇ ਲਈ ਕਬੱਡੀ ਬਹੁਤ ਤਕੜਾ ਖੇਡਿਆ 9,010 ਔਰ 2011 ਦੇ ਖੇਡ ਸੀਜ਼ਨ ਨੇ ਇੰਗਲੈਂਡ ਦੇ ਵਿੱਚ ਚੜਿੱਕ ਵਾਲੇ ਬਬਲੀ ਹੁਣ ਦੀ ਟੀਮ ਦੇ ਲਈ ਔਰ ਕੇਵਲ ਬੂਈਆਂ ਵਾਲੇ ਦੀ ਟੀਮ ਦੇ ਲਈ ਬਲਜਿੰਦਰੇ ਪਿੰਡਰ ਹੁਣਾਂ ਦੀ ਟੀਮ ਦੇ ਲਈ ਕੇਵਲ ਭਗਤੇ ਵਾਲਾ ਉਧਰ ਸਰਦਾਰ ਜੋਰਾ ਸਿੰਘ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਉਹਨਾਂ ਦੇ ਪਰਿਵਾਰ ਵੱਲੋਂ ਆਉਣ ਵਾਲੇ 2017 ਦੇ ਵਿੱਚ ਮੇਰੇ ਵੀਰੋ
कबड्डी 35 किलो का दूसरा इनाम दिता जाना है। मैं भी आ गया भाई मनजीत, दोहे टीम आ गया है। दिलबाग बराड़ को मेरी बेनती है वह भी खेड मैदान आ जाए। दिलबाग बराड़ गजन वाला वाकई थोड़ा धन्यवाद है डॉक्टर जस्सी ते जग नूर दी जिहड़ी स्पॉन्सर कीती हुई टीम है जोधपुर चीमा। हाँ जी हेलो भाई जी, मैच जल्दी तो जल्दी शुरू कराओ ता जो दर्शक उतावले हो जा रहे हैं, जल्दी तो जल्दी मैच शुरू कराओ। ले भी भाई जे मैच का स्वाद लेना ना तो ग्राउंड बिल्कुल खाली कर दो, कोई भी फालतू जिहड़ा वीर है वह ग्राउंड दे विच ना होवे, क्योंकि ऐन सिरा हो गया है। 32 टीमों के विचों दो टीम पुजियां, कृपा करके वीर आप भी प्रबंधक कमेटी वाले पहला भी बहुत घट गए हैं, हुण भी किसी ने अंदर नहीं जाना। हेलो रसपाल सिंह कुक्कू कनेडा का सन्मान चंद कंवर वीर लैणगे भाई जी सैड से हो जाओ, घड़ी की रेंज टुट जानी है। हेलो साडे वीर, हाँ जी भाई जी आप फाइनल मैच आ लास्ट, सारे वीरां नूं हाथ बन के बेनती है बड़े ही ध्यान नाल वेखना, ये लास्ट मैच आ जल्दी तो जल्दी वीर जी शुरू कराओ ता जो दर्शक बड़े उतावले है, जल्दी शुरू कराओ मैच। के होण लगा मैच जी नूं साना वाला भेड़ कहिंदे, जाफी अते धावी वाला जी नूं एड़ गेड़ कहिंदे। एक पासे जिले मोगे नूं बलॉक करदी टीम है। लै भी दविंदर मेरे वीर प्रबंधकी कमेटी कहिंदी भी असीं जिहड़ी सौ पौणी है भी टीमां रल के खेडण, क्योंकि इन्हां ने मेहनत बड़ी कीती है। दोहे टीमों का जो मैच रलिया हो सौ पावे आप धन्यवाद करा सारी प्रबंधकी कमेटी का। नाल साडा वीर सुखचैन सिंह रंधावा मार्केट कमेटी फिरोजपुर उन्हां वल्लों मेरे वीर 2100 रुपए का मान सम्मान आउंदे साल के टूरनामेंट के लिए परमात्मा चढ़ती कला के रखे दोहे टीमों जी सौ पवाई जाएगी। हेलो फाइनल मैच कबड्डी ओपन अज जिले फिरोजपुर के मान मत नगर माणा सिंह बारे हेलो भाई निरभय भी धन्ना शहीद वाला मेरा वीर ग्राउंड दे विच आवे अपनी कमेंट्री ते ड्यूटी निभावे निरभय। हेलो हेलो साड़ी टूरनामेंट कमेटी वालों बेनती है दोवां टीमां नूं जोर तुहाडा खेडण ते लगदा साडा कराउण ते लगदा ठीक है ना, इस करके कोई भी असीं सौणी पौणी कोई बंदा रल के ना खेडे ठीक है ना, इह किसी दा परसनल मसला नहीं। संत बाबा अमर सिंह जी दे याद विच हो रहा वो जानी जाना ठीक है ना, असीं सौण दे हक विच नहीं है पर कोई बंदा रल के ना खेडे ठीक है ना। साडे भाई जी टूरनामेंट कमेटी के प्रधान साहबान जिन्हां नूं प्यार नाल राजा कह के बुलाउने आ वीरे, कोई भी टीम मैच फिक्स करके खेडण की कोशिश ना करे वीरे, जिन्हां टीमां ने वीरे क्वार्टर फाइनल खेड रहे हैं सेमी फाइनल खेड रहे हैं कृपा करके मैच फिक्स करके खेडण की कोशिश ना करन टीमां वीरे। हेलो 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 भाई जी हाथ बन के बेनती है सारे मेरे वीर जेडे भी कमेटी मेंबर आ सारे बाहर बह जान ताको दर्शक ना औखे होण, कल्ले रेफरी ते खिडारी ग्राउंड दे विच रहणगे बाकी सारे वीर बाहर आ जाओ, पानी पिउण दी भी हुण खास लोड़ नहीं हैगी। मेरा वीर भी बहुत धन्नवाद है जसपाल दा भी रेडा भी साढ़े भी दे इक्की होणगे रेडा। की भाई
ਡਾਕਟਰ ਰਮੇਸ਼ ਮਸੀਹ ਮੈਂਬਰ ਪੰਚਾਇਤ ਦਾ ਕਹਿੰਦੇ ਵੀ ਕੋਈ ਵੀ ਮੇਰਾ ਵੀਰ ਗਰਾਊਂਡ ਦੇ ਵਿੱਚ ਨਾ ਹੋਵੇ। ਇੱਧਰ ਬਹੁਤ ਬਹੁਤ ਧੰਨਵਾਦ ਹੈ ਸਾਡੇ ਵੀਰ ਰਾਜਵਿੰਦਰ ਜੀ ਨਾਲ, ਜਸਕਰਨ ਸਿੰਘ ਜੀ ਯੂਕੇ, ਗੁਰਵਿੰਦਰ ਕੈਨੇਡਾ, ਸਾਰੇ ਸਾਡੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਇੱਧਰ ਲਾਡੀ ਸੱਪਾਂ ਵਾਲੀ ਗੁਰਵਿੰਦਰ ਸਾਰਾ ਵੀਰ ਨਾਲ, ਪਰਮ ਧਾਲੀਵਾਲ ਜੀ ਗੋਗੀ ਤੇ ਨਾਲ ਸਾਡੇ ਵੀਰ ਗੁਰਸ਼ਾਨ ਸਰਾਂ, ਗੋਰਾ ਬਰਾੜ, ਜਸਪ੍ਰੀਤ ਬਰਾੜ ਤੇ ਚਿੰਟੂ ਫਿਰੋਜ਼ਪੁਰੀ ਆ। ਬਹੁਤ ਸਾਰਾ ਮਾਣ ਪਿਆਰ ਪੁੱਜਦਾ ਕੀਤਾ ਹੈ। ਬਹੁਤ ਤਕੜਾ ਮੈਚ ਮੇਰੇ ਵੀਰੋ, ਆ ਚੱਲਿਆ ਜਗਪਾਲ ਧੌਲੇ ਵਾਲਾ ਮੇਰੇ ਵੀਰੋ ਖੇਡਦੇ ਮੈਦਾਨ ਦੇ ਵਿੱਚ ਪੈਂਦੀ ਹੋਈ ਕਬੱਡੀ। ਦੂਸਰੇ ਪਾਸੇ ਚਾਰ ਜਾਫੀ ਕਾਲੇ ਵਰਗੇ ਮੇਰੇ ਵੀਰੋ, ਰਾਜੂ ਵਰਗੇ ਤੇ ਬਲਦੇਵ ਘੋੜੇ ਵਰਗੇ ਖੇਡਦੇ ਮੈਦਾਨ ਦੇ ਵਿੱਚ, ਤੇ ਉੱਧਰ ਹਲਕਾ ਹਲਕਾ ਪਿੱਛੇ ਨੂੰ ਹਟਿਆ ਲੈ ਵੀ ਬਾਈ ਜਿਹੜੇ ਸਪੇਅਰ ਖਿਡਾਰੀ ਸਾਈਡ ਤੇ ਹੋ ਜਾਓ। ਪੈਂਦੀ ਹੋਈ ਕਬੱਡੀ ਤੇ ਦੂਸਰੇ ਪਾਸੇ ਮਣੀ ਧੂੜ ਵਾਲਾ ਲੈ ਵੀ ਦਰਸ਼ਕੋ, ਮੈਚ ਪੂਰਾ ਐਨ ਕਾਣੇ ਦਾ ਖੇਡਿਆ ਜਾਣਾ ਤੇ ਦਿਲਬਾਗ ਬਰਾੜ ਪੈਂਦੀ ਹੋਈ ਕਬੱਡੀ ਦੀ ਗੱਲ ਕਰੇਗਾ। ਦਿਲਬਾਗ ਬਰਾੜ ਕੱਜਰ ਵਾਲਾ ਆ ਚੱਲਿਆ ਤੁਹਾਡਾ ਚਹੇਤਾ ਖਿਡਾਰੀ ਮੇਰੇ ਵੀਰੋ, ਹਰਨੇਕ ਸਿੰਘ ਨੇਕੀ ਦੀ ਕਬੱਡੀ ਦਾ ਵਾਰਸ ਤੇ ਸਰਦਾਰ ਰਾਜਾ ਸਿੰਘ ਦਾ ਪੁੱਤਰ ਕਬੱਡੀ ਪਾ ਰਿਹਾ ਹੈ। ਸੰਦੀਪ ਦੋਤੇ ਵਾਲਾ 40 ਮੁਕਤਿਆਂ ਦੀ ਧਰਤੀ। ਇੱਧਰ ਸਾਡੇ ਬਲਦੇਵ ਸਿੰਘ ਜੀ ਸਰਪੰਚ ਰੱਤਾ ਖੇੜਾ, ਜਿੱਥੇ 5100 ਰੁਪਏ ਦੇ ਸਾਡੇ ਇਸ ਖੇਡ ਮੇਲੇ ਦੇ ਲਈ ਵੀ ਯੋਗਦਾਨ ਹੈ। ਬਹੁਤ ਸਾਰਾ ਮਾਣ ਪਿਆਰ ਇਹਨਾਂ ਬੋਲਿਆਂ ਤੋਂ ਵੀ ਖੁਸ਼ ਹੋ ਕੇ ਪੁੱਜਦਾ ਕਰ ਰਹੇ ਹਾਂ। ਲਓ ਫਾਈਨਲ ਮੈਚ ਮੇਰੇ ਪੰਜਾਬੀ ਵੀਰੋ, ਅੱਜ ਮਾਣਾ ਸਿੰਘ ਵਾਲੇ ਦੀ ਧਰਤੀ ਦਾ ਖੇਡਿਆ ਜਾ ਰਿਹਾ ਹੈ ਤੇ ਕਹਿੰਦੇ 51,000 ਤੇ 36,000 ਪ੍ਰਾਈਜ਼ ਹੈ ਤੇ ਉੱਥੇ ਕਹਿੰਦੇ ਬਿੱਲ ਸੀੜੀਆਂ ਦਿੱਤੀਆਂ ਜਾ ਰਹੀਆਂ ਹੈ। ਗੰਗੇ ਵਾਲਾ ਗੁਰਲਾਲ ਸਿੰਘ ਕਬੱਡੀ ਪਾਉਂਦਾ ਖੇਡ ਮੈਦਾਨ ਦੇ ਵਿੱਚ। ਲਓ ਪਈ ਹੋਈ ਕਬੱਡੀ ਹੈ, ਉਧਰਲੇ ਪਾਸੇ ਟੀਮ ਪੱਤੋ ਹੀਰਾ ਸਿੰਘ ਦੀ ਹੈ ਤੇ ਵੇਖੋ ਸਾਹਮਣੇ ਟੀਮਾਂ ਯੋਧਪੁਰ ਦੀ ਟੀਮ ਹੈ। ਖੇਡ ਮੈਦਾਨ ਦੇ ਵਿੱਚ ਹੁਣ ਪਈ ਹੋਈ ਕਬੱਡੀ ਹੈ। ਇਹ ਹੈ ਗੁਰਲਾਲ ਸਿੰਘ ਦੇ ਦੂਜੇ ਪਾਸੇ ਅਮਨਦੀਪ ਸਿੰਘ ਘੋੜਾ ਹੈ। ਇਹ ਹੈ ਅਮਨਦੀਪ ਸਿੰਘ ਘੋੜਾ ਦੋਦੇ ਵਾਲਾ, ਯਾਰ ਬੇਲੀ ਪਿਆਰ ਦੇ ਨਾਲ ਬਲਦੇਵ ਵੀ ਆਖਦੇ ਹੈ। ਇਹ ਹੈ ਘੋੜਾ ਦੋਦੇ ਵਾਲਾ ਤੇ ਆ ਚੱਲਿਆ ਨੌਜਵਾਨ ਅਮਰੀ ਪੱਤੋ ਹੀਰਾ ਸਿੰਘ ਦੀ ਧਰਤੀ ਦਾ ਕਬੱਡੀ ਪਾਉਂਦੇ ਨੇ। ਲਓ ਧੂੜ ਅੰਬਰਾਂ ਨੂੰ ਚੜੂ ਪੈਣੇ ਧਰਤੀ ਨੂੰ ਤੱਕੇ, ਜਿਹਦੀ ਕੌਡੀ ਯਾਰੀ ਨਾਲ ਉਹਦੇ ਵੱਲ ਕਿਹੜਾ ਤੱਕੇ। ਵਾਕਈ ਅੱਜ ਕਬੱਡੀ ਦੇ ਦੀਵਾਨੇ ਪੁੱਜੇ ਆ। ਉਧਰ ਚਾਰ ਜਾਫੀ ਹੈ, ਕੌਣ ਆ ਮੇਰੇ ਵੀਰੋ? ਪ੍ਰਗਟ ਵਰਗੇ ਆਏ ਫੌਜੀ ਮੇਰੇ ਵੀਰੋ, ਫੌਜੀ ਕਹਿੰਦਾ ਬੱਲੇ ਬੱਲੇ ਕਿ ਸਾਨੂੰ ਆਪਣੀਆਂ ਬਾਹਾਂ ਉੱਤੇ ਮਾਣ ਪਈ, ਜਿਹਨੂੰ ਪਾਇਆ ਹੱਥ ਦਿੱਤਾ ਨੀ ਉਹ ਜਾਣ ਪਈ, ਜਿਹੜੇ ਪਾਣੀਆਂ ਚ ਲਾਉਂਦੇ ਲੋਕ ਤਾਰੀਆਂ ਉਹ ਪਾਣੀ ਸਾਡੇ ਪੀਤੇ ਹੋਏ ਆ। ਸਿਰ ਕੱਢ ਮੇਰੇ ਕਾਰਡ ਪੈਦਾ ਕੀਤੇ ਹੋਏ ਆ, ਪਰ ਉਧਰ ਥੋੜੀ ਸੱਟ ਲੱਗੀ ਹੈ। ਸੱਚੇ ਪਾਤਸ਼ਾਹ ਮਿਹਰ ਕਰੇ ਕਿਸੇ ਵੀ ਖਿਡਾਰੀ ਨੂੰ ਕੋਈ ਵੀ ਤੱਤੀ ਬਾਣਾ ਲੱਗੀ ਕਿ ਉਹਨਾਂ ਫੁੱਲਾਂ ਦੀ ਰਾਖੀ ਕੌਣ ਕਰਦਾ? ਉਹ ਪੈਂਦੇ ਜੋ ਬਾਹਰ ਕਿਆਰੀਆਂ ਦੇ, ਤੇਰਾ ਬਣੂ ਕੀ ਭੋਲੇ ਪੰਛੀ ਆਏ ਹੋਏ ਰੱਬ ਵੀ ਬਲ ਸ਼ਿਕਾਰੀਆਂ ਦੀ, ਤੇ ਮੱਖਣ ਬਰਾੜ ਦੀ ਅਰਦਾਸ ਹੈ ਰੱਬ ਅੱਗੇ ਸੱਟ ਲੱਗੇ ਨਾ ਕਦੇ ਵੀ ਇਹਨਾਂ ਖਿਡਾਰੀਆਂ ਦੇ, ਸੱਟ ਲੱਗੇ ਨਾ ਕਦੇ ਵੀ ਇਹਨਾਂ ਖਿਡਾਰੀਆਂ ਦੀ। ਸੱਟਾਂ ਸੇਡਾਂ ਦੀ ਖੇਡ ਹੈ ਕਬੱਡੀ। ਮੂਵ ਸਪਰੇ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਪੁੱਜਦੀ ਕਰ ਦਿਓ ਮੇਰੇ ਵੀਰ, ਜਲਦੀ ਦੇ ਨਾਲ ਜਿਹਨਾਂ ਵੀਰਾਂ ਦੀ ਡਿਊਟੀ ਹੈ ਜਾਂ ਜਿਹਨਾਂ ਕੋਲ ਮੂਵ ਸਪਰੇ ਹੈ, ਕਿਰਪਾ ਕਰਕੇ ਮੂਵ ਸਪਰੇ ਪੁੱਜਦੀ ਕਰੋ ਜੀ ਜਲਦੀ ਦੇ ਨਾਲ। ਸਾਡੀ ਹੱਥ ਬਣ ਕੇ ਬੇਨਤੀ ਹੈ ਜਿਹਨਾਂ ਵੀਰਾਂ ਕੋਲ ਮੂਵ ਸਪਰੇ।